ਇਹ ਮਾਮਲਾ ਜੀ ਪੰਜਾਬ ਦੇ ਭਵਾਨੀਗੜ੍ਹ ਦਾ, ਜਿੱਥੇ ਤੁਸੀਂ ਕਹਿ ਲਓ ਵੀ ਆਪਣੇ ਭੈਣ ਦੇ ਘਰ ਜਾ ਕੇ ਦੀਵਾਲੀ ਦੇ ਤੋਹਫੇ ਦੇਣੇ ਇੱਕ ਭਰਾ ਅਤੇ ਉਸਦੀ ਪਤਨੀ ਨੂੰ ਪਰਿਵਾਰ ਨੂੰ ਇੰਨੇ ਮਹਿੰਗੇ ਪੈ ਗਏ ਕਿ ਇਹਨਾਂ ਨੂੰ ਕਰੀਬ 8-9 ਲੱਖ ਰੁਪਏ ਦਾ ਚੂਨਾ ਲੱਗ ਗਿਆ। ਜੀ ਹਾਂ, ਜਿੱਥੇ ਬੀਤੇ ਦਿਨੀ ਵਿਸ਼ਕਰਮਾ ਦੇ ਅੱਡੇ ਦਿਨ ਭਵਾਨੀਗੜ੍ਹ ਦਾ ਇਹ ਤਸਵੀਰਾਂ 'ਚ ਨਜ਼ਰ ਆਉਂਦਾ ਪਰਿਵਾਰ ਆਪਣੀ ਭੈਣ ਦੇ ਘਰ ਦੀਵਾਲੀ ਦੇਣ ਗਿਆ ਸੀ, ਘਰ ਨੂੰ ਤਾਲਾ ਲਗਾ ਕੇ। ਅਤੇ ਬੀਤੀ ਰਾਤ ਜਦੋਂ ਵਾਪਸ ਆ ਕੇ ਇਹਨਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਘਰ ਦੇਖ ਕੇ ਸਭ ਦੇ ਹੋਸ਼ ਉੱਡ ਗਏ। ਘਰ ਦੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਪਏ ਸੀ, ਬੈਠਦਾ ਸਮਾਨ ਖਲਰਿਆ ਪਿਆ ਸੀ, ਘਰ 'ਚ ਜਿੱਥੇ ਨਜ਼ਰ ਜਾਂਦੀ ਸੀ ਬਸ ਖਲਾਰਾ ਹੀ ਨਜ਼ਰ ਆਉਂਦਾ ਸੀ। ਅਤੇ ਕੀਮਤੀ ਚੀਜ਼ਾਂ ਵੱਲ ਨਜ਼ਰ ਮਾਰਦੇ ਹੀ ਪਰਿਵਾਰ ਨੂੰ ਬਹੁਤਾ ਟਾਈਮ ਨਾ ਲੱਗਿਆ ਸਮਝਦੇ ਕਿ ਉਹਨਾਂ ਦੇ ਘਰ 'ਤੇ ਚੋਰ ਹੱਥ ਸਾਫ਼ ਕਰ ਗਏ ਨੇ। ਗਹਿਣੇ, ਕੈਸ਼ ਅਤੇ ਜੋ ਵੀ ਹੱਥ ਆਇਆ ਚੋਰਾਂ ਨੇ ਕੱਖ ਨਹੀਂ ਸੀ ਛੱਡਿਆ। ਮੇਰਾ ਨਾਂ ਹਰਵਿੰਦਰ ਸਿੰਘ ਹੈ ਜੀ। ਕੀ ਮਾਮਲਾ ਸੀ, ਕਿੱਥੇ ਗਏ ਸੀ? ਅਸੀਂ ਖਾੜ ਮੇਰੀ ਸਿਸਟਰ ਕੋਲ ਗਏ ਹੋਏ ਸੀ ਜੀ ਦੀਵਾਲੀ ਦੇਣ। ਸੁਬਹਾ 10 ਵਜੇ ਗਏ ਸੀਗੇ ਅਤੇ ਸ਼ਾਮ ਨੂੰ ਹੁਣੀ ਆਏ ਸੀਗੇ, ਅੱਧਾ ਘੰਟਾ ਪਹਿਲਾਂ। ਅਤੇ ਜਦੋਂ ਆ ਕੇ ਦੇਖਿਆ ਗੱਡੀ ਅੰਦਰ ਲਾਈ ਤਾਂ ਬਾਹਰਲਾ ਗੇਟ ਤਾਂ ਠੀਕ ਸੀ, ਅੰਦਰਲਾ ਗੇਟ ਟੁੱਟਿਆ ਹੋਇਆ ਸੀ। ਜਦੋਂ ਟੁੱਟਿਆ ਹੋਇਆ ਸੀ, ਅਸੀਂ ਅੰਦਰ ਆ ਕੇ ਦੇਖਿਆ ਇਹ ਗੇਟ ਟੁੱਟਿਆ ਹੋਇਆ ਸੀ, ਇਹਦੀਆਂ ਅਲਮਾਰੀਆਂ ਨੂਰੀਆਂ ਸਾਰੀਆਂ ਖੋਲ੍ਹ ਕੇ ਸਮਾਨ ਬਾਹਰ ਸੁੱਟਿਆ ਪਿਆ ਸੀ। ਇਹ ਜੋ ਕੈਸ਼ ਲੈ ਗਏ ਬੰਦੇ, ਗੋਲਡ ਗਾਇਬ ਸੀ, ਜੋ ਚਾਂਦੀ ਦਾ ਸਮਾਨ ਪਿਆ ਸੀ ਉਹ ਗਾਇਬ ਸੀ। ਅਤੇ 1-2 ਫੋਨ ਪਏ ਸੀਗੇ ਡੱਬੇ, ਉਹਦੇ ਵਿੱਚ 1-2 ਫੋਨ ਸੀਗੇ, ਉਹ ਵੀ ਲੈ ਗਏ ਬੰਦੇ। ਲਗਭਗ 8-9 ਲੱਖ ਰੁਪਇਆ ਆਈਡੀਆ ਜਿਹਾ ਹੈ ਵੀ ਜਿਹੜਾ ਹੈ ਮੋਟਾ ਮੋਟਾ ਯਾਦ, ਹੁਣ ਬਾਕੀ ਦੇਖ ਕੇ ਪਤਾ ਲੱਗੂ ਵੀ ਕੀ। ਹਾਂਜੀ, ਗੋਲਡ ਵਗੈਰਾ ਸਾਰਾ ਲਾ ਕੇ ਜੀ। ਆਪਣੇ ਨਾਨਕੋ ਲੈ ਗਏ ਹੋਏ ਸੀਗੇ ਖਰੜ, ਜਦੋਂ ਅਸੀਂ ਵਾਪਸ ਆਏ ਤਾਂ ਗੇਟ ਵਗੈਰਾ ਸਾਰੇ ਲੋਕ ਵਗੈਰਾ ਟੁੱਟੇ ਹੋਏ ਸੀਗੇ। ਆ ਕੇ ਦੇਖਿਆ ਵੀ ਸਭ ਅਲਮਾਰੀਆਂ ਦੇ ਵਿੱਚੋਂ ਗੋਲਡ ਵਗੈਰਾ, ਕੈਸ਼ ਵਗੈਰਾ ਸਭ ਮਤਲਬ ਲੈ ਕੇ ਚਲੇ ਗਏ ਸੀਗੇ। ਕੁਛ ਨਹੀਂ ਵਿੱਚ ਸਮਾਨ ਕਾਫੀ ਸੀ, ਚਾਂਦੀ, ਸੋਨਾ ਸਭ ਕੁਛ ਹੀ ਕੈਸ਼ ਸੀਗਾ। ਹੋਊਗਾ 7-8 ਲੱਖ ਦਾ ਤਾਂ ਹੋਏਗਾ ਇਹ ਨੁਕਸਾਨ। ਉਧਰ ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਨੇ ਵੀ ਇਸ ਮਾਮਲੇ ਤੇ ਕਾਰਵਾਈ ਕਰਦੇ ਹੋਏ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਹੁਣੇ ਹੁਣ ਪਤਾ ਲੱਗਿਆ, ਠੀਕ ਹੈ, ਉਹ ਸੰਬੰਧ ਨਾਲ ਤਫਤੀਸ਼ ਕਰ ਰਹੇ ਹਾਂ, ਜੋ ਕੁਝ ਸਾਹਮਣੇ ਆਊਗਾ ਉਹ ਅਮਲ 'ਚ ਲਿਆਂਦਾ ਜਾਊਗਾ। ਹਾਂ, ਤਹਿਕੀਕਾਤ ਕਰ ਰਿਹਾ ਜੀ। ਕਿੰਨੇ ਕੁ ਦਾ ਨੁਕਸਾਨ ਦੱਸਿਆ ਇਹਨਾਂ ਨੇ? ਇਹ ਤਾਂ ਜੀ ਕਹਿੰਦੇ ਵੀ 7-8 ਲੱਖ ਦਾ ਕਹਿੰਦੇ ਨੇ, ਤਾਂ ਪਰ ਪਤਾ ਬਾਅਦ 'ਚ ਲੱਗਿਆ ਵੀ ਕੀ ਉਸ ਚੋਰੀ ਹੈ। ਸੋ ਰਿਸ਼ਤੇਦਾਰਾਂ ਨੂੰ ਦੀਵਾਲੀ ਗਿਫਟ ਦੇਣੇ ਇਸ ਪਰਿਵਾਰ ਨੂੰ ਮਹਿੰਗੇ ਪੈ ਗਏ। ਵੇਖਣ ਵਾਲੀ ਗੱਲ ਹੈ ਕਿ ਪੁਲਿਸ ਇਸ ਮਾਮਲੇ 'ਤੇ ਕਿੰਨੀ ਛੇਤੀ ਕਾਰਵਾਈ ਕਰਦੇ ਹੋਏ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਕਾਬੂ ਕਰਦੀ ਹੈ। ਭਵਾਨੀਗੜ੍ਹ ਤੋਂ ਰਵੀ ਆਜ਼ਾਦ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਮਨਮਰਜ਼ੀ ਦਾ ਕਾਲਜ ਚੁਣਨਾ ਚਾਹੁੰਦੇ ਹੋ, ਮਈ ਔਰ ਸਪਤੰਬਰ 2020 ਦੇ ਸੈਸ਼ਨ ਲਈ ਟਾਈਮ ਸਿਰ ਦਾਖਲਾ ਅਪਲਾਈ ਕਰਨ ਦਾ, ਜਿਹੜੇ ਬੱਚੇ ਲਾਇਕ ਹੈ, ਨੰਬਰ ਚੰਗੇ ਹੈ, ਉਹਨਾਂ ਨੂੰ $5,000 ਤੱਕ ਦੀ ਸਕਾਲਰਸ਼ਿਪ ਵੀ ਮਿਲ ਸਕਦੀ ਹੈ। ਪਿਰਾਮਿਡ ਸਰਵਿਸਿਜ਼ ਨਾਲ ਅਪਲਾਈ ਕਰੋ, ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।